ਹਾਂਜੀ ਸਤਿ ਸ੍ਰੀ ਅਕਾਲ ਜੀ ਜਿਆਨੂ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਪੰਜ ਸਵਾਲ ਲੈ ਕੇ ਆਇਆ ਤੇ ਦੇਖਦੇ ਹਾਂ ਸਭ ਤੋਂ ਪਹਿਲਾ ਸਵਾਲ ਜਿਹੜੇ ਕਿ ਇਮਤਿਹਾਨ ਦੇ ਪੱਖ ਤੋਂ ਤੁਹਾਡੇ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਣਗੇ ਚਾਹੇ ਉਹ ਮਾਸਟਰ ਕੈਡਰ ਦਾ ਤੇ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਵੈਸੇ ਸੌਖਾ ਯਾਦ ਹੁੰਦਾ ਸਾਡੇ ਪਰ ਇਮਤਿਹਾਨ 'ਚ ਵਿਕਲਪ ਇਸ ਤਰੀਕੇ ਨਾਲ ਪਾ ਦਿੰਦੇ ਨੇ ਕਿ ਉੱਥੇ ਵਿਦਿਆਰਥੀ ਉਲਝੀ ਜਾਂਦੇ ਨੇ ਤੇ ਬਿਲਕੁਲ اسی ਤਰ੍ਹਾਂ ਦੇ ਵਿਕਲਪ ਤੁਸੀਂ ਸਕਰੀਨ ਤੇ ਦੇਖ ਰਹੇ ਹੋਮੋਗੇ 1563 ਗੋਇੰਦਵਾਲ 1563 ਅੰਬਰਸਰ 1663 ਲਾਹੌਰ 1606 ਗੁਇੰਦਵਾਲ ਬਿਲਕੁਲ ਉਲਝਣ ਜਾਂਦੇ ਆ ਕਾਫੀ ਬੱਚੇ ਜਿਹੜੇ ਇਹਦੇ ਵਿੱਚ ਹੁੰਦੇ ਆ ਪਰ ਤੁਸੀਂ ਜਵਾਬ ਉਮੀਦ ਆ ਚੰਗਾ ਦਿੱਤਾ ਹੋਵੇਗਾ ਸਹੀ ਦਿੱਤਾ ਹੋਵੇਗਾ ਬਹੁਤਿਆਂ ਨੇ ਦੇਖਦੇ ਆ ਅਖੀਰ ਤੇ ਦੱਸਿਓ ਜਰੂਰ ਤੇ ਜਿਨ੍ਹਾਂ ਨੇ ਜਿਨ੍ਹਾਂ ਤੋਂ ਇਹ ਗਲਤੀ ਹੋਈ ਸੀ ਜਰੂਰ ਦੱਸਿਓ ਉਹ ਕਿ ਸਾਡੇ ਤੋਂ ਇਹ ਗਲਤੀ ਹੋ ਗਈ ਸੀ ਇਹਦੇ ਵਿੱਚ ਜਨਮ ਸਹੀ ਆ ਜੀ ਬਿਲਕੁਲ 1563 ਵਾਲਾ ਪਰ ਗੁਇੰਦਵਾਲ ਗੁਇੰਦਵਾਲ ਯਾਦ ਰੱਖਣਾ ਤੁਸੀਂ ਇਹ ਚੀਜ਼ ਨੂੰ ਬਹੁਤ ਧਿਆਨ ਦੇ ਵਿੱਚ ਰੱਖਣਾ ਅਗਲਾ ਸਵਾਲ ਦੇਖਦੇ ਆਪਾਂ ਜੀ ਵਾਰਾਂ ਦਿੱਤੀਆਂ ਨੇ ਤੇ ਉਹਨਾਂ ਵਾਰਾਂ ਚੋਂ ਆਪਾਂ ਇਹ ਦੱਸਣਾ ਕਿ ਗੁਰੂ ਅਰਜਨ ਸਾਹਿਬ ਜੀ ਦੀ ਜਿਹੜੀ ਵਾਰ ਆ ਕਿਹੜੀ ਵਾਰ ਹੈ ਇਹਨਾਂ ਚੋਂ ਕਿਸ ਵਾਰ ਦੇ ਰਚੇਤਾ ਗੁਰੂ ਅਰਜਨ ਸਾਹਿਬ ਜੀ ਨੇ ਆਪਾਂ ਇਹ ਦੇਖਣਾ ਇਹਦੇ ਵਿੱਚ ਤੇ ਵਿਕਲਪ ਦਿੱਤੇ ਗਏ ਜੀ ਤਿੰਨ ਠੀਕ ਹੈ ਜੀ ਤੇ ਕੁੱਲ ਕਿੰਨੀਆਂ ਵਾਰਾਂ ਲਿਖੀਆਂ ਨੇ ਉਹ ਜ਼ਰੂਰ ਟਿੱਪਣੀ ਕਰਕੇ ਦੱਸ ਦਿਓ ਗੁਰੂ ਅਰਜਨ ਸਾਹਿਬ ਜੀ ਨੇ ਇੱਥੇ ਆਪਾਂ ਵਿਕਲਪ ਤਿੰਨ ਦਿੱਤੇ ਆ ਤੇ ਚੌਥਾ ਵਿਕਲਪ ਆ ਕਿ ਉਪਰੋਕਤ ਸਭ ਕਿ ਇਹ ਸਾਰੀਆਂ ਹੀ ਨਹੀਂ ਜਾਣਾਂ ਦੇ ਵਿੱਚੋਂ ਜੈਤ ਸ੍ਰੀ ਯੰਗ ਗੁਜਰੀ ਜਾਂ ਆਰਾਮ ਕਲੀ ਇਹਨਾਂ ਦੇ ਵਿੱਚੋਂ ਕੋਈ ਇੱਕ ਵਾਰਾ ਬਿਲਕੁਲ ਸਹੀ ਜਵਾਬ ਹੈ ਜੀ ਤੁਹਾਡਾ ਸਾਰੇ ਦੇ ਸਾਰੀਆਂ ਵਾਰਾਂ ਹੀ ਗੁਰੂ ਅਰਜਨ ਸਾਹਿਬ ਜੀ ਦੀਆਂ ਨੇ ਕੁੱਲ ਕਿੰਨੀਆਂ ਵਾਰਾਂ ਨੇ ਉਹ ਤੁਸੀਂ ਜ਼ਰੂਰ ਟਿੱਪਣੀ ਕਰਕੇ ਦੱਸਣਾ ਅਗਲਾ ਸਵਾਲ ਤੇ ਕਿਸਮਾਂ ਨੇ ਅਲੰਕਾਰ ਦੀਆਂ ਪਰ ਆਪਾਂ ਦੱਸਣਾ ਕਿ ਇਹਨਾਂ ਚੋਂ ਕਿਸਮ ਅਲੰਕਾਰ ਦੀ ਕਿਹੜੀ ਨਹੀਂ ਸਭ ਤੋਂ ਸੌਖਾਗਾ ਮੈਨੂੰ ਨਹੀਂ ਲੱਗਦਾ ਕਿ ਜਵਾਬ ਦੇਣ ਦੀ ਲੋੜ ਹੈ ਤੇ ਬਿਲਕੁਲ ਸਹੀ ਹੈ ਜੀ ਕਿਸਮ ਨਹੀਂ ਸਵਾਲ ਸਮਝ ਲੈਣਾ ਵੀ ਕਿਸਮ ਨਹੀਂ ਤਾਂ ਸਹੀ ਇਹਦੇ ਵਿੱਚ ਜਿਹੜਾ ਵਿਕਲਪ ਆਉਗਾ ਸਸਾ ਸਰਖੰਡੀ ਸਰਖੰਡੀ ਫਿਰ ਕੀ ਆ ਇਹ ਜ਼ਰੂਰ ਦੱਸ ਦੇਣਾ ਅੱਗੇ ਚੱਲਦੇ ਆ ਜੀ ਆਪਾਂ ਰਸ ਦੀ ਕਿਸਮ ਕਿਹੜੀ ਕਿਹੜੀ ਰਸ ਦੀ ਕਿਸਮ ਨਹੀਂ ਹੈ ਰਸ ਦੀਆਂ ਕਿਸਮਾਂ ਜ਼ਰੂਰ ਪੜੀਆਂ ਹੋਣਗੀਆਂ ਆਪਣੀ ਪਹਿਲਾਂ ਵੀਡੀਓ ਅਲੰਕਾਰ ਤੇ ਰਸ ਬਾਰੇ ਪਾਈਆਂ ਹੋਈਆਂ ਨੇ ਉਹ ਤੁਸੀਂ ਤਸੱਲੀ ਕਰ ਸਕਦੇ ਹੋ ਦੇਖ ਲਿਓ ਰਸ ਕਿੰਨੀ ਪ੍ਰਕਾਰ ਦੇ ਹੁੰਦੇ ਆ ਇਹ ਟਿੱਪਣੀ ਕਰਕੇ ਤੁਸੀਂ ਦੱਸਣਾ ਤੇ ਇਹਨਾਂ ਦੇ ਵਿੱਚੋਂ ਕਿਹੜਾ ਰਸ ਨਹੀਂ ਹੈ ਬਿਲਕੁਲ ਆਰਾਮ ਨਾਲ ਸੋਚ ਕੇ ਬਿਲਕੁਲ ਸਹੀ ਜਵਾਬ ਸੋਚਿਆ ਜੀ ਇਹ ਸੋਚਿਆ ਤੁਸੀਂ ਜਮਕ ਜਮਕ ਰਸ ਨਹੀਂ ਹੈ ਚੈਨਲ ਤੇ ਜਿਹੜੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜਰੂਰ ਕਰ ਲਓ ਜੀ ਚੈਨਲ ਨੂੰ ਤੇ ਵੀਡੀਓ ਹੋਰ ਵੀ ਦੇਖੋ ਤੁਸੀਂ ਚੈਨਲ ਤੇ ਕੰਮ ਫਿਰ ਕੇ ਤੁਹਾਨੂੰ ਲੱਗੇ ਕਿ ਲਾਹੇਵੰਦ ਨੇ ਤੁਹਾਡੇ ਇਮਤਿਹਾਨ ਦੇ ਲਈ ਤਾਂ ਜਰੂਰ ਆਪਣੇ ਮੈਂਬਰ ਬਣੋ ਤੇ ਜੁੜੋ ਆਪਣੇ ਪਰਿਵਾਰ ਨਾਲ ਹੇਠ ਲਿਖਿਆਂ ਵਿੱਚੋਂ ਕਿਹੜਾ ਰਸ ਕਿਹੜਾ ਵੀਰਤਾ ਪ੍ਰਦਾਨ ਕਿੱਸਾ ਵਿੱਚੋਂ ਨਹੀਂ ਹੈ ਇਸ ਤਰੀਕੇ ਨਾਲ ਪ੍ਰਸ਼ਨ ਬਣਾ ਸੀ ਜਾਂ ਵੀਰਤਾ ਪ੍ਰਦਾਨ ਕਿੱਸਾ ਨਹੀਂ ਹੈ ਲਿਖਣ ਦੇ ਵਿੱਚ ਥੋੜੀ ਗਲਤੀ ਹੋ ਗਈ ਕਿਤੇ ਵੀਰਤਾ ਪ੍ਰਦਾਨ ਇਹ ਧਿਆਨ ਚ ਰੱਖਣਾ ਹੋ ਠੀਕ ਹੈ ਜੀ ਜਿਹੜੇ ਪਹਿਲਾਂ ਤੋਂ ਚੈਨਲ ਨਾਲ ਜੁੜੇ ਹੋਏ ਨੇ ਵੀਡੀਓ ਸਾਂਝੀ ਜ਼ਰੂਰ ਕਰਦਿਆ ਕਰੋ ਕਿਉਂਕਿ ਵਧੇਗਾ ਪ੍ਰਭਾਵ ਤਾਂ ਪੜੇਗਾ ਪਰਵਾਰਾਂ ਠੀਕ ਹੈ ਜੀ ਆਪਾਂ ਪੜਾ ਪੜਨ ਦੀ ਆਪਣੇ ਵੱਲੋਂ ਯਤਨ ਕਰਨੀ ਨੇ ਤੇ ਪੜਾਉਣ ਦੇ ਇਹਨਾਂ ਵਿੱਚੋਂ ਕਿਹੜਾ ਵੀਰਤਾ ਪ੍ਰਦਾਨ ਨਹੀਂ ਹੈ ਦੇਖੋ ਇਹ ਧਿਆਨ ਦੇ ਵਿੱਚ ਰੱਖਣਾ ਵੈਸੇ ਤਾਂ ਸੌਖਾ ਸਮਝ ਆ ਗਿਆ ਉਹ ਜਿਹੜੇ ਪਹਿਲਾਂ ਤੋਂ ਤਿਆਰੀ ਕਰ ਰਹੇ ਨੇ ਤੇ ਫਿਰ ਵੀ ਜੇ ਕਿਸੇ ਤੋਂ ਗਲਤੀ ਹੋਈ ਤਾਂ ਉਹ ਜ਼ਰੂਰ ਦੱਸ ਦਿਓ ਇਹਦੇ ਵਿੱਚ ਜਿਹੜਾ ਮਿਰਜ਼ਾ ਸਾਹਿਬਾ ਉਹ ਵੀਰਤਾ ਪ੍ਰਦਾਨ ਨਹੀਂ ਹੈ ਬੇਸ਼ੱਕ ਸਾਡੇ ਅੱਜ ਕੱਲ੍ਹ ਦੇ ਜਾਇਕਾਨੀ ਨੂੰ ਬਹੁਤਾ ਹੀ ਮਤਲਬ ਬਾਹਰ ਜੀ ਵਾਲੀ ਗੱਲ ਦਿਖਾਉਂਦੇ ਨੇ ਗਾਣੇ ਇੱਥੇ ਹਨ ਮਿਰਜਾ ਮਿਰਜਾ ਹੁੰਦੀ ਹੈ ਚਲੋ ਜੋ ਵੀ ਆ ਪਰ ਇਹ ਕੋਈ ਵੀਰਤਾ ਪ੍ਰਧਾਨ ਵਾਲਾ ਕੰਮ ਨਹੀਂ ਹੈਗਾ ਤੇ ਵੀ ਇਹ ਮਿਰਜਾ ਸਹਿਵਾ ਦਾ ਜਿਹੜਾ ਕਿੱਸਾ ਕਿਸ ਕਿਸਮ ਦੇ ਵਿੱਚ ਪੰਜਾਬੀ ਸਾਹਿਤ ਦੇ ਵਿੱਚ ਮੰਨਿਆ ਜਾਂਦਾ ਇਹ ਹੁਣ ਟਿੱਪਣੀ ਕਰਕੇ ਤੁਸੀਂ ਦੱਸਣਾ ਜਰੂਰ ਦੱਸਣਾਗਾ ਤੇ ਇਸੇ ਢੰਗ ਨਾਲ ਆਪਾਂ ਵੀਡੀਓ ਹੋਰ ਅੱਗੇ ਲੈ ਕੇ ਆਉਂਦੇ ਰਹਾਂਗੇ ਹੋਰ ਵੀ ਕੋਈ ਪੰਜਾਬੀ ਨਾਲ ਸੰਬੰਧਿਤ ਸਾਨੂੰ ਲੱਗਦਾ ਕੁਝ ਲੈ ਕੇ ਆਉਣਾ ਤਾਂ ਜਰੂਰ ਤੁਹਾਡੇ ਕੋਲੇ ਲੈ ਕੇ ਆਉਂਦੇ ਰਹਾਂਗੇ ਖਾਸ ਦੇ ਵਾਸਤੇ ਰਹੋ ਨਵੀਂ ਵੀਡੀਓ ਨਾਲ ਬਹੁਤ ਜਲਦ ਮਿਲਦੇ ਆਂ